ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਯੂਟਿਊਬ ਚੈਨਲ 'ਤੇ। ਅਤੇ ਅੱਜ ਜੀ ਆਪਾਂ ਬਸੰਤ ਪੰਚਮੀ ਦੇ ਦਿਨ ਬਣਾਉਣ ਲਈ ਆ ਬੱਚਿਆਂ ਲਈ ਕੁਛ, ਇਹ ਬਣਾਵਾਂਗੇ ਜੀ ਆਪਾਂ ਗੋਭੀ ਦੇ ਪਕੌੜੇ। ਅਤੇ ਮੈਂ ਗੋਭੀ ਕੱਟ ਕੇ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਨੂੰ। ਹੁਣ ਪਾ ਰਹੇ ਹਾਂ ਜੀ ਆਪਾਂ ਵਿੱਚ ਨਮਕ, ਮਿਰਚ, ਹਲਦੀ ਅਤੇ ਥੋੜ੍ਹਾ ਜਿਹਾ ਗਰਮ ਮਸਾਲਾ। ਇਹ ਮੈਂ ਸਾਰਾ ਕੁਛ ਇਕੱਠਾ ਰਲਾ ਕੇ ਰੱਖ ਲਿਆ ਸੀ ਹਿਸਾਬ ਨਾਲ, ਅਤੇ ਬਹੁਤ ਹੀ ਟੇਸਟੀ ਜਿਹੜੇ ਗੋਭੀ ਦੇ ਪਕੌੜੇ ਬਣੇ ਸੀ ਜੀ, ਕੁਰਕਰੇ ਆਪਣੇ। ਅਤੇ ਇੱਥੇ ਆਵਾਜ਼ ਰਿਕਾਰਡਿੰਗ ਕਰਨੀ ਪੈ ਗਈ ਜੀ ਸਾਨੂੰ, ਕਿਉਂਕਿ ਬਸੰਤ ਦਾ ਦਿਨ ਸੀਗਾ ਅਤੇ ਥਾਂ ਥਾਂ 'ਤੇ ਨਾ ਪਤੰਗ ਚੜ੍ਹਦੇ ਸੀਗੇ ਅਤੇ DJ ਵਗੈਰਾ ਲੱਗੇ ਹੋਏ ਸੀਗੇ। ਇਸ ਕਰਕੇ ਆਪਾਂ ਦੁਬਾਰਾ ਆਵਾਜ਼ ਜਿਹੜੀ ਇਹਦੇ ਵਿੱਚ ਭਰੀ ਆ, ਕਿਉਂਕਿ ਨਾਲ ਦੀ ਨਾਲ ਆਵਾਜ਼ ਜਿਹੜੀ ਸੀਗੀ ਉਹ ਕੱਟਣੀ ਪੈ ਗਈ। ਬਹੁਤ ਜ਼ਿਆਦਾ ਪਤੰਗ ਚੜ੍ਹ ਰਹੇ ਸੀਗੇ ਅਤੇ ਸਾਰੇ ਕਿਤੇ DJ ਲੱਗੇ ਪਏ ਸੀਗੇ, ਫਿਰ ਆਪਾਂ ਇਸ ਤਰ੍ਹਾਂ ਪਾ ਨਹੀਂ ਸਕਦੇ ਜੀ, ਕਾਪੀਰਾਈਟ ਆ ਜਾਂਦਾ। ਅਤੇ ਇਹ ਜੀ ਆਪਣੇ ਕੋਲ ਹੈਗਾ ਲਸਣ, ਅਦਰਕ, ਹਰੀਆਂ ਮਿਰਚਾਂ ਦਾ ਪੇਸਟ, ਇਹ ਵੀ ਆਪਾਂ ਪਾਵਾਂਗੇ। ਗੋਭੀ ਧੋ ਕੇ ਪਹਿਲਾਂ ਚੰਗੀ ਤਰ੍ਹਾਂ ਸਮਾਰ ਕੇ ਨਾ ਅਤੇ ਉਸਦੇ ਵਿੱਚ ਨਮਕ ਮਿਰਚ ਰਲਾ ਲਿਆ। ਅਤੇ ਹੁਣ ਪਾਵਾਂਗੇ ਜੀ ਆਪਾਂ ਇਹ ਪੇਸਟ, ਲਸਣ, ਅਦਰਕ, ਹਰੀਆਂ ਮਿਰਚਾਂ ਦਾ। ਇਹ 2-3 ਚਮਚੇ ਮੈਂ ਪਾ ਦੂੰਗੀ। 3 ਕਿਲੋ ਗੋਭੀ ਸੀ ਜੀ ਆਪਣੀ, ਬਾਕੀ ਆਪਾਂ ਟੇਸਟ ਦੇ ਹਿਸਾਬ ਨਾਲ ਨਮਕ ਮਿਰਚ ਪਾ ਲਿਆ। ਅਤੇ ਹਾਂਜੀ, ਇਹ ਹੈਗਾ ਅਮਚੂਰ ਪਾਊਡਰ ਅਤੇ ਕਾਲਾ ਨਮਕ, ਕਾਲੀ ਮਿਰਚ ਅਤੇ ਭੁੱਜਿਆ ਹੋਇਆ ਜੀਰਾ। ਇਹ ਵੀ ਮੈਂ ਮਿਕਸੀ 'ਚ ਗ੍ਰੈਂਡ ਕਰਕੇ ਨਾ ਬਰੀਕ ਕਰਕੇ ਪਾਊਡਰ ਬਣਾ ਕੇ ਸਾਰਾ ਕੁਛ ਪਾਤਾ ਇਹਦੇ ਵਿੱਚ, ਭੁੱਜੇ ਹੋਏ ਜੀਰੇ ਦਾ ਵਿੱਚ ਹੀ ਪਾਊਡਰ ਪਾਤਾ। ਅਤੇ ਇਹ ਹੈਗਾ ਜੀ ਜਵੈਣ ਅਤੇ ਜੀਰਾ ਅਤੇ ਥੋੜ੍ਹਾ ਜਿਹਾ ਧਨੀਆ ਜਿਹੜਾ ਆਪਾਂ ਹੁਣ ਪਾਇਆ 3 ਚਮਚੇ। ਅਤੇ ਹੁਣ ਮੈਂ ਸਾਰੇ ਕਾਸੇ ਨੂੰ ਚੰਗੀ ਤਰ੍ਹਾਂ ਰਲਾ ਲੂੰਗੀ ਨਮਕ ਮਿਰਚ ਪਾ ਕੇ। ਪੇਸਟ ਵਗੈਰਾ, ਜੀਰਾ, ਅਜਵੈਣ, ਧਨੀਆ ਸਾਬਤਾ, ਅਤੇ ਇਹਨੂੰ ਆਪਾਂ ਕਰ ਲਾਂਗੇ ਮਿਕਸ ਚੰਗੀ ਤਰ੍ਹਾਂ ਗੋਭੀ ਦੇ ਵਿੱਚ। ਅਤੇ ਗੋਭੀ ਆਪਣੀ ਧੋਤੀ ਹੋਈ ਆ। ਅਤੇ ਅੱਜ ਦੀ ਵੀਡੀਓ ਜਿਹੜੀ ਜੀ ਆਪਣੀ ਉੱਧਰਲੇ ਘਰ ਦੀ, ਅੰਦਰਲੇ ਘਰ ਦੀ, ਉੱਥੇ ਆਪਾਂ ਚੁੱਲ੍ਹਾ ਬਣਾਇਆ, ਤੁਸੀਂ ਜਿਵੇਂ ਪਹਿਲਾਂ ਦੇਖਿਆ ਚੁੱਲ੍ਹਾ ਬਣਾਇਆ ਸੀਗਾ 4-5 ਦਿਨ ਪਹਿਲਾਂ, ਅੱਜ ਇਹਨੂੰ ਪੋਚਾ ਦੇ ਕੇ ਦੁਬਾਰਾ ਆਪਾਂ ਰੈਸਪੀ ਤਿਆਰ ਕੀਤੀ ਆ। ਇਹ ਹੈਗਾ ਜੀ ਕੌਰਨਫਲਾਵਰ, ਕੌਰਨਫਲਾਵਰ ਇਹ ਪਾਵਾਂਗੇ ਆਪਾਂ 5-4 ਚਮਚੇ। ਅਤੇ ਹੁਣ ਪਾਵਾਂਗੇ ਜੀ ਚੌਲਾਂ ਦਾ ਆਟਾ, ਇਹਦੇ ਨਾਲ ਬਹੁਤ ਹੀ ਜ਼ਿਆਦਾ ਕੁਰਕਰੇ ਅਤੇ ਟੇਸਟੀ ਪਕੌੜੇ ਬਣੇ ਆ। ਚੌਲਾਂ ਦਾ ਆਟਾ 4-5 ਚਮਚੇ, ਜ਼ਿਆਦਾ ਹੀ ਪਾਇਆ ਹੋਊਗਾ ਥੋੜ੍ਹਾ ਜਿਹਾ ਮੈਂ। ਅਤੇ ਜਿਹੜਾ ਕੌਰਨਫਲਾਵਰ ਉਹ ਪਾਇਆ ਜੀ 4 ਚਮਚੇ। ਚਲੋ ਜੀ ਹੁਣ ਆਪਾਂ ਇਹ ਵੀ ਮਿਕਸ ਕਰ ਲਾਂਗੇ। ਹਰਾ ਧਨੀਆ ਇਹ ਵੀ ਪਾ ਲਾਂਗੇ ਅਤੇ ਬਾਅਦ ਵਿੱਚ ਆਪਾਂ ਬੇਸਣ ਪਾਵਾਂਗੇ। ਸਾਰਾ ਕੁਛ ਚੰਗੀ ਤਰ੍ਹਾਂ ਦੇਖੋ ਆਪਾਂ ਰਲਾ ਲਿਆ। ਅਤੇ ਅਸੀਂ ਪਤੰਗ ਚੜਾਉਂਦੇ ਸੀਗੇ ਜੀ ਬੱਚੇ, ਅਸੀਂ ਆਖਿਆ ਬਸੰਤ ਪੰਚਮੀ ਅੱਜ ਤਾਂ ਆਪਾਂ ਪਕੌੜੇ ਬਣਾ ਦਿੰਦੇ। ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਕੀ ਖਾਣਾ, ਉਹ ਕਹਿੰਦੇ ਚਲੋ ਨਮਕੀਨ ਬਣਾ ਦਿਓ। ਫਿਰ ਅਸੀਂ ਆਖਿਆ ਗੋਭੀ ਦੇ ਪਕੌੜੇ ਬਣਾ ਦਿੰਦੇ ਹਾਂ, ਪਹਿਲਾਂ ਸਾਨੂੰ ਆਏ ਸੀ ਮਿੱਠੇ ਚੌਲ ਬਣਾ ਲਾਂਗੇ। ਅਤੇ ਲਾਈਵ ਤੁਹਾਨੂੰ ਦੱਸਿਆ ਸੀਗਾ ਲਾਈਵ ਹੋ ਕੇ ਵੀ ਲਾਈਵ ਆਵਾਂਗੇ, ਲਾਈਵ ਇਸ ਕਰਕੇ ਨਹੀਂ ਆਏ ਜੀ ਕਿਉਂਕਿ ਮਿਊਜ਼ਿਕ ਚੱਲੀ ਜਾਂਦਾ ਸੀ, 4 ਚੁਫੇਰੇ DJ ਲੱਗੇ ਪਏ ਸੀਗੇ, ਇਸ ਕਰਕੇ ਫਿਰ ਕੁਛ ਵੀ ਸੁਣਾਈ ਨਹੀਂ ਦਿੰਦਾ ਸੀਗਾ। ਅਤੇ ਫਿਰ ਮੈਨੂੰ ਇਹ ਆਵਾਜ਼ ਬੰਦ ਕਰਨੀ ਪੈ ਗਈ, ਦੁਬਾਰਾ ਆਵਾਜ਼ ਜਿਹੜੀ ਭਰਨੀ ਪੈ ਗਈ। ਅਤੇ ਹੁਣ ਜੀ ਆਪਾਂ ਇੱਥੇ ਬੇਸਣ ਛਾਣ ਕੇ ਰੱਖ ਲਿਆ ਸੀ, ਲੋੜ ਮੁਤਾਬਕ ਆਪਾਂ ਬੇਸਣ ਪਾ ਲਾਂਗੇ। ਪਹਿਲਾਂ ਆਪਾਂ ਗੋਭੀ ਦੇ ਪਕੌੜੇ ਬਣਾਏ ਆ ਜੀ, ਉਸ ਤੋਂ ਬਾਅਦ ਫਿਰ ਆਲੂਆਂ ਦੇ ਬਣਾਏ ਆ। ਅਤੇ ਅੱਜ ਤਾਂ ਸਾਰੀ ਵੀਡੀਓ ਆਪਣੀ ਗੋਭੀ ਦੇ ਪਕੌੜੇ ਬਣਾਉਣ 'ਤੇ ਟਾਈਮ ਲੱਗ ਗਿਆ ਜੀ, ਅਤੇ ਕਿਉਂਕਿ ਕਾਫੀ ਸਾਰੇ ਪਕੌੜੇ ਬਣ ਗਏ ਆਪਣੇ। ਅਤੇ ਹੁਣ ਜੀ ਆਪਾਂ ਪਾਣੀ ਦਾ ਛਿੱਟਾ ਮਾਰਾਂਗੇ, ਬਸ ਪਾਣੀ ਦੇ ਇਸ ਤਰ੍ਹਾਂ ਛਿੱਟਿਆਂ ਦੇ ਨਾਲ ਹੀ ਲੋੜ ਮੁਤਾਬਕ ਹੀ ਪਾਣੀ ਪਾਉਣਾ। ਪਹਿਲਾਂ ਸਾਰਾ ਕੁਛ ਚੰਗੀ ਤਰ੍ਹਾਂ ਮਿਕਸ ਕਰਕੇ, ਕਈ ਵਾਰ ਕੀ ਕਰਦੇ ਆਪਾਂ ਬੇਸਣ ਘੋਲ ਕੇ ਤਿਆਰ ਕਰ ਲੈਂਦੇ ਹਾਂ ਗੋਭੀ ਦੇ ਫੁੱਲ, ਫਿਰ ਆਪਾਂ ਨਾਲ ਲਪੇਟ ਲਪੇਟ ਕੇ ਸਿੱਟੀ ਜਾਂਦੇ ਹਾਂ ਹੈ ਨਾ। ਅਤੇ ਪਰ ਮੈਂ ਸਾਰਾ ਕੁਛ ਇਸ ਤਰ੍ਹਾਂ ਪਾਉਣੀ ਹੁੰਦੀ ਹਾਂ, ਪਹਿਲਾਂ ਨਮਕ ਮਿਰਚ ਪਾ ਲੈਂਦੀ ਹਾਂ ਅਤੇ ਫਿਰ ਮੈਂ ਇਹਦੇ ਵਿੱਚ ਬੇਸਣ ਪਾਉਣੀ ਹੁੰਦੀ ਹਾਂ ਲੋੜ ਮੁਤਾਬਕ। ਆਹ ਦੇਖੋ ਹੁਣ ਆਪਾਂ ਪਾਣੀ ਦਾ ਛਿੱਟਾ ਜਿਹਾ ਮਾਰਿਆ ਅਤੇ ਲੋੜ ਮੁਤਾਬਕ ਹੀ ਆਪਾਂ ਪਾਣੀ ਪਾਵਾਂਗੇ ਜੀ। ਮੈਂ ਇਹਨੂੰ ਜ਼ਿਆਦਾ ਪਤਲਾ ਨਹੀਂ ਕਰਦੀ ਹੈਗੀ। ਅਤੇ ਤੁਸੀਂ ਇਸ ਤਰੀਕੇ ਨਾਲ ਨਾ ਇੱਕ ਵਾਰ ਬਣਾ ਕੇ ਦੇਖੋ ਪਕੌੜੇ, ਬਹੁਤ ਜ਼ਿਆਦਾ ਲਾਜਵਾਬ, ਟੇਸਟੀ ਅਤੇ ਕੁਰਕਰੇ ਪਕੌੜੇ ਜਿਹੜੇ ਬਣਨੇ ਆਪਣੇ। ਤੇਲ ਜੀ ਆਪਾਂ ਸਰ੍ਹੋਂ ਦਾ ਪਾ ਕੇ ਰੱਖ ਦਿੱਤਾ ਗਰਮ, ਅਤੇ ਚੁੱਲ੍ਹੇ 'ਚ ਅੱਗ ਮਚਾ ਲਈ। ਚੁੱਲ੍ਹਾ ਜਿਹੜਾ ਨਵਾਂ ਬਣਾਇਆ ਸੀ, ਗਿੱਲਾ ਚੁੱਲ੍ਹਾ ਸੀਗਾ ਹਜੇ, ਅਤੇ ਪੋਚਾ ਜਿਹੜਾ ਆਪਾਂ ਅੱਜ ਦਿੱਤਾ ਚੁੱਲ੍ਹੇ ਨੂੰ, ਹੋ ਗਏ 4-5 ਦਿਨ ਬਣੇ ਨੂੰ, ਅਤੇ ਇਸ ਦੀ ਵੀਡੀਓ ਮੈਂ ਅੱਜ ਹੀ ਪਾਈ ਸੀਗੀ। ਲਓ ਜੀ ਤੇਲ ਚੰਗੀ ਤਰ੍ਹਾਂ ਗਰਮ,
कर लिया। तेल भी चंगी तरह गर्म होना चाहिए, फिर पकौड़े जिहड़े कुरकुरे बनते हैं। चलो जी हुण आपां इस तरह एक एक पीस चक के पा देंगे। आ देखो तेल चंगी तरह गर्म हो गया। ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਜੀ, ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਸੀਂ ਕਮੈਂਟ ਕਰਦੇ ਆ ਸੋਹਣੇ ਸੋਹਣੇ। ਤੁਹਾਡਾ ਧੰਨਵਾਦ, ਫਿਰ ਹੀ ਸਾਡਾ ਹੌਸਲਾ ਵੱਧਦਾ ਜੇ ਤੁਸੀਂ ਵਧੀਆ ਵਧੀਆ ਕਮੈਂਟ ਕਰਦੇ ਆ, ਲਾਈਕ ਕਰਦੇ ਆ ਵੀਡੀਓ ਨੂੰ। ਚਲੋ ਜੀ ਆਪਾਂ ਹੁਣ ਇਸ ਤਰ੍ਹਾਂ ਪਾਤੇ ਆ ਪਕੌੜੇ, ਅਤੇ ਤੇਲ ਆਪਣਾ ਫੁੱਲ ਗਰਮ ਹੋ ਗਿਆ ਸੀਗਾ, ਯਾਨੀ ਕਿ ਇੱਕ ਵਾਰ ਧੂੰਆਂ ਨਿਕਲ ਗਿਆ ਸੀ ਤੇਲ ਦਾ, ਇੰਨਾ ਕੁ ਗਰਮ ਹੋਣਾ ਚਾਹੀਦਾ। ਫਿਰ ਖੁੱਲ੍ਹੇ ਜਿਹੇ ਭਾਂਡੇ 'ਚ ਰਲਾ ਲਈਦੇ ਆ ਜੀ ਪਕੌੜੇ, ਜਿਹੜੇ ਫਿਰ ਵਧੀਆ ਬਣਦੇ ਆ। ਚਲੋ ਜੀ ਆਪਾਂ ਨਾਲੇ ਮਿਕਸ ਕਰ ਲਏ ਸਾਰੇ, ਅਤੇ ਇੱਕ ਪੂਰ ਦਿੱਤਾ ਪਾ, ਹੁਣ ਮੈਂ ਹੱਥ ਧੋਇਆ ਵਾਂ। ਅਤੇ ਅਸੀਂ ਸੋਚਿਆ ਜੀ ਚਲੋ ਬੱਚੇ ਪਕੌੜੇ ਛਕ ਲੈਣਗੇ, ਹੈ ਨਾ, ਪਤੰਗ ਚੜ੍ਹਾਉਂਦੇ ਸੀ ਅਤੇ ਸਵੇਰੇ ਸਵੇਰੇ ਲੱਗ ਗਏ ਪਤੰਗ ਚੜ੍ਹਾਉਣ। ਚਲੋ ਸਾਲ ਬਾਅਦ ਇੱਕ ਦਿਨ ਤਿਉਹਾਰ ਦਾ ਆਉਂਦਾ, ਸਾਲ ਬਾਅਦ ਹੀ ਆਉਂਦਾ ਜੀ, ਚਲੋ ਬੱਚੇ ਚੜ੍ਹਾ ਲੈਂਦੇ ਆ ਪਤੰਗ, ਫਿਰ ਨਾਲੇ ਅਸੀਂ ਕੋਲੇ ਫਿਰਦੇ ਰਹਿੰਦੇ ਹਾਂ ਵੀ ਕਈ ਵਾਰੀ ਬੱਚੇ ਤਾਰ ਤੂਰ ਨਾਲ ਕਰੰਟ ਕਰੁੰਟ ਵਾਲੀ ਨਾਲ ਪਤੰਗ ਨਾ ਲਾ ਲੈਣ। ਬਾਕੀ ਤਾਂ ਹੁਣ ਵੈਸੇ ਵੱਡੇ, ਆਪਣਾ ਜਿਹੜਾ ਮੇਰਾ ਬੇਟਾ ਉਹ ਛੋਟਾ ਥੋੜ੍ਹਾ ਜਿਹਾ, ਅਤੇ ਛੋਟਾ ਵੀ ਨਹੀਂ ਚਲੋ ਠੀਕ ਆ, ਪਰ ਫਿਰ ਵੀ ਡਰ ਲੱਗਦਾ ਹੈ ਨਾ, ਮਾਵਾਂ ਨੂੰ ਤਾਂ ਹੁੰਦਾ ਵੀ ਕੋਲੇ ਖੜ ਕੇ ਬਣਾਈਏ, ਅਤੇ ਆਪ ਕੋਲੇ ਖੜ੍ਹੇ ਸੀਗੇ ਵੀ ਚਲੋ ਤੁਸੀਂ ਮਨਾ ਲਓ ਬਸੰਤ ਵੀ, ਪਰ ਬਚ ਕੇ ਡੋਰ ਡਾਰ ਤੋਂ, ਜਿਵੇਂ ਕਰੰਟ ਤੋਂ, ਬਾਕੀ ਜਿਵੇਂ ਕੋਈ ਆਪਣੇ ਕਬੂਤਰ ਉੱਡਦੇ ਉਹਨਾਂ ਤੋਂ ਬੱਚਤ ਰੱਖਿਓ, ਵੀ ਗਲਾਂ 'ਚ ਫਿਰ ਜਾਂਦੀ ਵਿਚਾਰੇ, ਹੈ ਨਾ, ਆਪਣੇ ਪੰਛੀਆਂ ਦੇ ਵੀ। ਅਤੇ ਲਓ ਜੀ ਪਕੌੜੇ ਆਪਾਂ ਇੱਕ ਵਾਰ ਫਰਾਈ ਕਰ ਲਏ ਆ, ਅਤੇ ਉਸ ਤੋਂ ਬਾਅਦ ਆਪਾਂ ਡਬਲ ਫਰਾਈ ਕਰਾਂਗੇ ਜੀ ਪਕੌੜਿਆਂ ਨੂੰ, ਕਿ ਡਬਲ ਫਰਾਈ ਕਰਨ ਨਾਲ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਆ। ਤੇਲ ਜਿਹੜਾ ਆਪਾਂ ਇਸ ਤਰ੍ਹਾਂ ਗਰਮ ਕਰ ਲੈਂਦੇ ਹਾਂ ਜੀ, ਕਿਉਂਕਿ ਜਦੋਂ ਤੇਲ ਗਰਮ ਹੋ ਜਾਂਦਾ ਨਾ, ਅਤੇ ਫਿਰ ਪਕੌੜੇ ਵਧੀਆ ਬਣਦੇ ਆ। ਹੁਣ ਵਿੱਚ ਦੀ ਕੱਢ ਕੇ ਇਹਨੂੰ ਦੁਬਾਰਾ ਫਿਰ ਥੋੜ੍ਹਾ ਜਿਹਾ ਗਰਮ ਕਰ ਲੈਂਦੇ, ਕਿਉਂਕਿ ਜਦੋਂ ਪਕੌੜੇ ਪਾਉਣੇ ਆ, ਗੋਭੀ ਆਲੂ ਕੁਛ ਵੀ ਬਣਾਉਣੇ ਆ, ਹੈ ਨਾ, ਫਿਰ ਤੇਲ ਠੰਡਾ ਹੋ ਜਾਂਦਾ ਨਾਲ ਦੀ ਨਾਲ, ਇਸ ਕਰਕੇ ਆਪਾਂ ਥੋੜ੍ਹਾ ਜਿਹਾ ਗਰਮ ਕਰਕੇ ਦੁਬਾਰਾ ਫਿਰ ਪਾਵਾਂਗੇ। ਅਤੇ ਵਿੱਚ ਦੀ ਯਾਨੀ ਕਿ ਮਾੜਾ ਜਿਹਾ ਰੁਕ ਜਾਈਦਾ, ਮਿੰਟ ਕੁ, ਇੱਕ ਮਿੰਟ ਰੁਕ ਜਾਓ, ਫਿਰ ਤੇਲ ਦੁਬਾਰਾ ਗਰਮ ਹੋ ਗਿਆ, ਫਿਰ ਗੋਭੀ ਦੇ ਪਕੌੜੇ ਜਾਂ ਆਲੂ ਦੇ ਪਕੌੜੇ ਤੁਸੀਂ ਕਾਸੇ ਦੇ ਵੀ ਬਣਾਉਣੇ ਆ, ਗਰਮ ਗਰਮ ਤੇਲ 'ਚ ਪਾਇਓ, ਫਿਰ ਜ਼ਿਆਦਾ ਵਧੀਆ ਬਣਦੇ ਆ। ਅਤੇ ਬੱਚੇ ਸੀ ਕੁਛ ਆਪਣੇ ਸੀਗੇ ਜੀ, ਕੁਛ ਬੱਚਿਆਂ ਦੇ ਦੋਸਤ ਸੀਗੇ, ਸਾਰਿਆਂ ਨੇ ਰਲ ਮਿਲ ਕੇ ਪਕੌੜੇ ਖਾਧੇ, ਤੁਸੀਂ ਅਗਲੀ ਵੀਡੀਓ 'ਚ ਦੇਖੋਗੇ। ਲਓ ਜੀ ਆਪਾਂ ਇੱਕ ਇੱਕ ਫੁੱਲ ਗੋਭੀ ਦਾ ਪਾ ਦਿੰਦੇ ਹਾਂ ਚੱਕ ਕੇ। ਅਤੇ ਇੱਥੇ ਅਸੀਂ ਦੋਨੇ ਭੈਣਾਂ ਗੱਲਾਂ ਬਾਤਾਂ ਕਰੀ ਗਈਆਂ ਨਾਲ ਤਾਂ, ਅਤੇ ਜਿਹੜੀ ਸਾਡੀ ਤੀਜੀ ਭੈਣ ਆ ਜੀ, ਉਹ ਗਈ ਹੋਈ ਆ ਵਿਆਹ 'ਤੇ, ਜਿਵੇਂ ਤੁਸੀਂ ਵਿਆਹ ਦੀ ਸ਼ੋਪਿੰਗ ਦਿਖਾਈ ਸੀ, ਤੁਹਾਨੂੰ ਥੋੜ੍ਹੇ ਜਿਹੇ ਕੱਪੜੇ ਦਿਖਾਏ ਸੀਗੇ ਵਿਆਹ ਵਾਸਤੇ, ਸ਼ੋਪਿੰਗ ਕੀਤੀ ਸੀਗੀ, ਅਤੇ ਉਹ ਅੱਜ ਵਿਆਹ ਗਏ ਹੋਏ ਆ ਜੀ, ਕੱਲ੍ਹ ਦੇ ਗਏ ਹੋਏ ਆ, ਅਤੇ ਅੱਜ ਬਸੰਤ ਵਾਲਾ ਦੇਣੀ ਆ ਜੀ, ਸ਼ਨੀਵਾਰ 5 ਤਰੀਕ, ਅਤੇ ਕੱਲ੍ਹ ਨੂੰ ਉਹਨਾਂ ਦੇ ਵਿਆਹ, ਅਤੇ ਅੱਜ ਜਾਗੋ ਆ, ਕੱਲ੍ਹ ਦੀ ਗਈ ਹੋਈ ਆ ਮੇਰੀ ਭੈਣ ਛੋਟੀ, ਅਤੇ ਅਸੀਂ ਦੋਨਾਂ ਨੇ ਰਲ ਮਿਲ ਕੇ ਪਕੌੜੇ ਬਣਾ ਲਏ ਆ, ਅਤੇ ਇਹਨੇ ਨਾ ਬੱਚੇ ਹੋ ਗਏ ਖੁਸ਼, ਅਤੇ ਉੱਪਰ ਹੀ ਖਵਾ ਤੇ ਚੜ੍ਹ ਕੇ ਉਹਨਾਂ ਨੂੰ ਕੋਠੇ 'ਤੇ ਚੜ੍ਹ ਕੇ ਸਾਰਿਆਂ ਨੂੰ ਚਾਹ ਪਿਆਤੀ, ਨਾਲੇ ਆਪਾਂ ਪਕੌੜੇ ਖਵਾ ਲਏ ਵਿਚਾਰਿਆਂ ਨੂੰ, ਕਿਉਂਕਿ ਬੱਚੇ ਕਾਹਲੀ 'ਚ ਨਾ ਉੱਪਰ ਚੜ੍ਹ ਜਾਂਦੇ ਛੱਤਾਂ 'ਤੇ, ਅਤੇ ਕਾਹਲੀ 'ਚ ਖਾਂਦੇ ਪੀਂਦੇ ਵੀ ਕੁਛ ਨਹੀਂ, ਬਸ ਪਤੰਗ ਹੀ ਆ ਹੁੰਦਾ ਉਹਨਾਂ ਨੂੰ, ਵੀ ਸਾਲ ਬਾਅਦ ਤਿਉਹਾਰ ਆਉਂਦਾ। ਪੂਰੀਆਂ ਰੀਝਾਂ ਨਾਲ ਪਕੌੜੇ ਬਣਾਏ ਸੀਗੇ ਜੀ, ਵੀ ਜਿਹੜੇ ਬਾਹਲੀ ਵਧੀਆ ਬਣਨ, ਅਤੇ ਬਹੁਤ ਹੀ ਵਧੀਆ ਬਣੇ ਫਿਰ। ਅੱਜ ਲਾਈਵ ਹੋ ਕੇ ਬਣਾਉਣੇ ਸੀਗੇ ਜੀ, ਪਰ ਲਾਈਵ ਬਸ ਹੋ ਨਹੀਂ ਸਕੇ, ਤੁਹਾਨੂੰ ਦੱਸੀ ਜਾਂਦੀ ਹਾਂ, ਜਦੋਂ ਮਿਊਜ਼ਿਕ ਵਗੈਰਾ ਚੱਲੀ ਜਾਂਦੇ ਸੀ ਨਾ ਗਾਣੇ ਆਸੇ ਪਾਸੇ, ਫਿਰ ਆਪਾਂ ਲਾਈਵ ਨਹੀਂ ਆ ਸਕੇ, ਇਸ ਕਰਕੇ
क्योंकि बहुत ही ज़्यादा शोर सीगा जी, सारी छत्तां ते ला लेंदे है ना, स्पीकर जी चला लेंदे, फिर उहदे करके कुछ नहीं सुनदा सीगा, जो बहुत ज़्यादा रौला पैन लग जाता। बच्चे मिठा घट खा के खुश है जी, हुण नमकीन ज़्यादा भालदे, कहिंदे नमकीन बना के दिओ, पकौड़े बना लो। फिर असीं सोचिआ चलो आपां गोभी दे पकौड़े बना दिंदे, कुछ आलूआं दे बना लांगे। दो जणिआं नूं सौखा हो जांदा जी, इक जणा हिलाई जांदा झारनी नाल बाहर कढ़ दिंदा, दूजा दिन दूजा बंदा पूर पाई जांदे है ना, नाल दी नाल वधिया लगदा, नाले गल्लां गल्लां च रैसपी बन जांदी आपणी। हुण असीं इत्थे वी चुल्हा बना लिआ जी, इधरले घरे वी, क्योंकि पहलां हैगा सीगा जिधरला साडे घरे, मतलब कि इहदे नाल ही साडा घर आ जिहड़ा पहलां वाला जी, उत्थे फिर आपां किराएदार बिठाए हुंदे आ, ते आपां इत्थे चुल्हा बना लिआ। पहलां मेरीआं दराणीआं ने इत्थे बणाया होइआ सीगा, ਅਤੇ ਚੁੱਲ੍ਹੇ ਵਾਲਾ ਭਾਈ ਆਇਆ ਨਹੀਂ ਸੀਗਾ ਕੋਈ, ਜਿਹੜੇ ਪੱਕੇ ਚੁੱਲ੍ਹੇ ਹੁੰਦੇ ਨਹੀਂ ਤਾਂ ਆਪਾਂ ਉਹੀ ਲੈ ਲੈਣਾ ਸੀਗਾ, ਘੁਮਿਆਰਾਂ ਦੇ ਘਰ ਜਾਇਆ ਨਹੀਂ ਗਿਆ, ਅਤੇ ਇਸ ਕਰਕੇ ਅਸੀਂ ਇੱਕ ਗਲੀ 'ਚ ਆਊਗਾ, ਚਲੋ ਉਦੋਂ ਲੈ ਲਾਂਗੇ। ਅਤੇ ਇੱਕ ਵਾਰ ਅਸੀਂ ਇੱਕ ਚਲੋ ਆਪਾਂ ਇਸ ਤਰ੍ਹਾਂ ਕੱਚਾ ਚੁੱਲ੍ਹਾ ਬਣਾ ਕੇ ਡੰਗ ਸਾਰ ਲੈਂਦੇ ਹਾਂ, ਮਿੱਟੀ ਲਾ ਲਈ ਅਤੇ ਧੂੰਆਂ ਬਹੁਤ ਜ਼ਿਆਦਾ ਸੀਗਾ। ਅੱਜ ਤਾਂ ਮੈਂ ਮਸਾਂ ਪਕੌੜੇ ਬਣਾਏ ਜੀ, ਇੰਨਾ ਧੂੰਆਂ ਦੇਖੋ ਮੇਰੀਆਂ ਅੱਖਾਂ ਭਰ ਗਈਆਂ, ਬਹੁਤ ਹੀ ਔਖਾ ਸੀ ਅੱਜ ਦਾ ਕੰਮ, ਸਾਰਾ ਧੂੰਆਂ ਮੇਰੇ ਵੱਲ ਆਈ ਜਾਂਦਾ ਸੀਗਾ। ਪਰ ਜਿਹੜਾ ਕੰਮ ਆਪਾਂ ਫੜ ਲਈਏ ਉਹ ਸਿਰੇ ਲਾ ਦਿੰਦੇ ਹਾਂ ਜੀ, ਭਲਾ ਕਿਵੇਂ ਔਖਾ ਹੋਵੇ ਭਲਾ ਸੌਖਾ ਹੋਵੇ ਹੈ ਨਾ, ਜਦੋਂ ਆਪਾਂ ਸਟਾਰਟ ਹੀ ਕਰ ਲਿਆ। ਅਤੇ ਮੇਰੀਆਂ ਇੱਥੇ ਅੱਖਾਂ ਸੁੱਜ ਗਈਆਂ ਧੂੰਏ ਦੇ ਨਾਲ, ਲਓ ਜੀ ਇੱਕ ਵਾਰ ਪਕੌੜੇ ਜਿਹੜੇ ਆਪਾਂ ਕੱਚੇ ਕੱਚੇ ਕਰਕੇ ਰੱਖ ਲਏ ਆ, ਆਹ ਦੇਖੋ, ਅਤੇ ਇਸ ਤੋਂ ਬਾਅਦ ਦੁਬਾਰਾ ਫਰਾਈ ਕਰਾਂਗੇ, ਫਿਰ ਬਹੁਤ ਹੀ ਵਧੀਆ ਬਣਨਗੇ। ਅਤੇ ਉੱਧਰ ਮੇਰੀ ਦਰਾਣੀ ਚਾਹ ਬਣਾਉਣ ਲੱਗ ਗਈ ਸੀ, ਉਹ ਕਹਿੰਦੀ ਸਾਰਿਆਂ ਨੂੰ ਫਿਰ ਚਾਹ ਵੀ ਪਿਲਾਵਾਂਗੇ ਹੈ ਨਾ, ਪਕੌੜਿਆਂ ਦੇ ਨਾਲ ਚਾਹ ਵੀ ਜ਼ਰੂਰੀ ਆ, ਉਹ ਚਾਹ ਰੱਖਣ ਉੱਠ ਗਏ ਸੀ, ਕਹਿੰਦੇ ਉਨੇ ਟਾਈਮ 'ਚ ਤੁਹਾਡੇ ਪਕੌੜੇ ਜਿਹੜੇ ਫਰਾਈ ਹੋ ਜਾਣਗੇ, ਅਤੇ ਵੀ ਮੈਂ ਚਾਹ ਬਣਾ ਦਿੰਦੀ ਹਾਂ। ਇੱਥੇ ਮੈਂ ਇਕੱਲੀ ਬੋਲੀ ਜਾਂਦੀ ਹਾਂ ਜੀ, ਬੱਚਿਆਂ ਨਾਲ ਬੋਲੀ ਜਾਂਦੀ ਸੀਗੀ, ਜੇ ਆਪਾਂ ਆਵਾਜ਼ ਨਾਲ ਦੀ ਨਾਲ ਰਿਕਾਰਡਿੰਗ ਕਰਦੇ ਫਿਰ ਤਾਂ ਵਧੀਆ ਲੱਗਦੀ, ਮੈਨੂੰ ਬਾਅਦ ਵਿੱਚ ਸੌਂਦੀ ਔਖਾ ਜਿਹਾ ਲੱਗਦਾ। ਆਹ ਦੇਖੋ ਪਤੰਗ ਦੀ ਡੋਰ ਮੇਰੇ ਗਲ 'ਚ ਪੈ ਜਾਣੀ ਸੀ, ਬਹੁਤ ਸਾਰੇ ਪਤੰਗ ਆਏ। ਲਓ ਜੀ ਇਹ ਸਾਡਾ ਬੇਟਾ ਆ ਗਿਆ ਖਾਣ, ਮੇਰੀ ਛੋਟੀ ਦਰਾਣੀ ਦਾ ਬੇਟਾ, ਇਹਨੇ ਵਿਆਹ ਜਾਣਾ ਸੀਗਾ, ਹਜੇ ਸ਼ਾਮ ਨੂੰ ਜਾਊਗਾ, ਅਤੇ ਅਸੀਂ ਇਹਨੂੰ ਕਿਹਾ ਤੂੰ ਛੱਕ ਲਾ ਸਾਡੇ ਕੋਲ ਬਹਿ ਕੇ, ਇੱਕ ਪੂਰੇ ਨੂੰ ਡਬਲ ਫਰਾਈ ਕਰਤਾ ਸੀ, ਜਾਣੀ ਕਿ ਆਪਾਂ ਦੁਬਾਰਾ ਫਰਾਈ। ਅਤੇ ਇੱਥੇ ਮੈਂ ਆਲੂਆਂ ਦੇ ਪਕੌੜੇ ਵੀ ਲੱਗ ਗਈ ਜੀ ਬਣਾਉਣ ਨਾਲ ਦੇ ਨਾਲ ਹੀ, ਅਤੇ ਆਲੂਆਂ ਦੇ ਵਿੱਚ ਵੀ ਆਪਾਂ ਉਹੀ ਸੇਮ ਨਮਕ ਮਿਰਚ ਮਸਾਲਾ ਹਲਦੀ ਜੀਰਾ ਧਨੀਆ ਅਜਵੈਣ ਅਤੇ ਕੋਰਨਫਲੋਰ ਅਤੇ ਚੌਲਾਂ ਦਾ ਆਟਾ ਥੋੜ੍ਹਾ ਜਿਹਾ ਅਤੇ ਬੇਸਣ ਅਤੇ ਲਸਣ ਅਦਰਕ ਦਾ ਪੇਸਟ, ਇਹ ਸਾਰਾ ਕੁਛ ਪਾਇਆ ਸੀ, ਜਿਵੇਂ ਆਪਾਂ ਉਸ ਪਹਿਲਾਂ ਗੋਭੀ ਦੇ ਪਕੌੜਿਆਂ 'ਚ ਪਾਇਆ ਉਸੇ ਤਰ੍ਹਾਂ ਹੀ ਆਪਾਂ ਆਲੂਆਂ ਦੇ ਵਿੱਚ, ਆਲੂ ਨਾ ਆਪਾਂ ਚੰਗੀ ਤਰ੍ਹਾਂ ਧੋ ਲਏ ਸੀ 4-5 ਪਾਣੀਆਂ 'ਚ, ਅਤੇ ਇਸੇ ਤਰ੍ਹਾਂ ਬੇਸਣ ਮਿਕਸ ਕਰਕੇ ਬਸ ਥੋੜ੍ਹਾ ਜਿਹਾ ਪਾਣੀ ਦੀ ਜ਼ਰੂਰਤ ਪਈ, ਪਾਏ ਨਹੀਂ ਵੈਸੇ ਪਾਣੀ ਮੈਂ ਕਿਉਂਕਿ ਆਲੂ ਗਿੱਲੇ ਸੀ ਧੋ ਕੇ ਲਿਆਉਂਦੇ ਸੀਗੇ, ਅਤੇ ਲੋੜ ਹੀ ਨਹੀਂ ਪਈ ਆਪਾਂ ਨੂੰ। ਜਦੋਂ ਵੀ ਪਕੌੜੇ ਬਣਾਓ ਤੁਸੀਂ ਨਾ, ਅਤੇ ਲਸਣ ਅਦਰਕ ਹਰੀਆਂ ਮਿਰਚਾਂ ਦਾ ਪੇਸਟ ਜ਼ਰੂਰ ਪਾਇਓ, ਅਤੇ ਬਾਕੀ ਤੁਸੀਂ ਜਿਹੜਾ ਤੁਹਾਨੂੰ ਮੈਂ ਦੱਸਿਆ ਚੌਲਾਂ ਦਾ ਆਟਾ ਪਾਇਓ ਅਤੇ ਕੋਰਨਫਲੋਰ ਪਾਇਓ, ਉਹਦੇ ਨਾਲ ਪਕੌੜੇ ਬਹੁਤ ਕ੍ਰਿਸਪੀ ਬਣਦੇ ਆ। ਲਓ ਜੀ ਇਹ ਤਾਂ ਖਾ ਗਿਆ ਸਾਡੇ ਕੋਲ ਬੈਠ ਕੇ, ਇਹਨੂੰ ਭੁੱਖ ਲੱਗੀ। ਚਲੋ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ।